ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਦੋਸਤੋ। ਅਕਾਲ, ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਜੀ। ਅਕਾਲ ਜੀ। ਬਾਈ ਜੀ, ਹਰ ਇੱਕ ਬੰਦੇ ਦੇ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ। ਹਾਂਜੀ ਹਾਂਜੀ। ਅਤੇ ਆਪਣੇ ਬਜ਼ੁਰਗਾਂ ਨੇ ਨਾ ਇੱਕ ਵਾਰੀ ਮੇਰੇ ਦਾਦਾ ਜੀ ਨੇ ਕਹਾਣੀ ਸੁਣਾਈ ਸੀ ਹਾਂਜੀ ਕਿ ਇੱਕ ਬਾਈ ਦੇ ਵਿੱਚ ਐਵੇਂ ਦਾ ਗੁਣ ਸੀ ਵੀ ਜੇ ਕਿਤੇ ਉਹ ਦਾੜ੍ਹੀ ਹਿਲਾ ਦਿੰਦਾ ਸੀਗਾ ਹਾਂਜੀ ਹਾਂਜੀ ਤਾਂ ਕਹਿੰਦੇ ਉਹ ਫਾਂਸੀ ਮਾਫ਼ ਕਰਵਾ ਦਿੰਦਾ ਸੀ। ਹਾਂਜੀ ਹਾਂਜੀ। ਅਤੇ ਮੈਂ ਚਾਹੁੰਦਾ ਜੀ ਜੇ ਤੁਹਾਨੂੰ ਉਹ ਵਾਲੀ ਕਹਾਣੀ ਯਾਦ ਹੈ ਤਾਂ ਉਹ ਅੱਜ ਆਪਣੇ ਦੋਸਤਾਂ ਨੂੰ ਆਪਾਂ ਜ਼ਰੂਰ ਸੁਣਾਈਏ। ਸੁਣਾ ਦਿੰਦੇ ਜੀ ਕਹਾਣੀ ਤੋਂ ਪਹਿਲਾਂ, ਜਿਵੇਂ ਤੁਸੀਂ ਆਖਿਆ ਵੀ ਬੰਦੇ ਵਿੱਚ ਕੋਈ ਗੁਣ ਹੁੰਦਾ ਜੀ, ਤਾਂ ਆਪਣੇ ਬਹੁਤ ਹੀ ਪੰਜਾਬ ਦੇ ਮਸ਼ਹੂਰ ਕਲਾਕਾਰ ਗੁਰਦਾਸ ਮਾਨ ਜੀ, ਇਹਨਾਂ ਨੇ ਵੀ ਇੱਕ ਗੀਤ ਵਿੱਚ ਲਿਖਿਆ, ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੁੰਦਾ ਹੈ, ਚੰਗਾ ਹੋਵੇਗਾ। ਹਾਂ, ਹੁੰਦਾ ਜਿਉਂ ਗੁਣਕਾਰੀ ਛਿਲਕਾ ਲਸਣ ਦੀ ਗੰਢੀ, ਬਦਬੂ ਲਸਣ ਦੀ ਗੰਢੀ ਦਾ। ਹਾਂਜੀ ਜੀ। ਤਾਂ ਇਵੇਂ ਚਾਰ ਚੋਰ ਸੀਗੇ ਜੀ, ਕਿ ਉਹ ਇਕੱਠੇ ਹੋ ਕੇ ਚਾਰੇ 'ਤੇ ਚੋਰੀ ਕਰਨ ਤੁਰੇ ਜਾਂਦੇ ਸੀਗੇ। ਅੱਛਾ ਜੀ। ਰਾਤ ਦਾ ਸਮਾਂ ਸੀਗਾ। ਹਾਂਜੀ। ਤਾਂ ਪਹਿਲਾਂ ਕਾਫੀ ਰਾਜੇ ਭਾਖਿਆ ਲੈਂਦੇ ਹੁੰਦੇ ਸੀ ਵੀ, ਮਤਲਬ ਭੇਸ ਵਟਾ ਕੇ, ਹਾਂ, ਲੋਕਾਂ ਦੀਆਂ ਗੱਲਾਂ ਬਾਤਾਂ ਸੁਣਦੇ ਹੁੰਦੇ ਸੀ। ਤਾਂ ਰਾਜਾ ਭੇਸ ਵਟਾ ਕੇ ਆਮ ਸਾਦੇ ਜਿਹੇ ਕੱਪੜੇ ਪਾ ਕੇ, ਤਾਂ ਜਦੋਂ ਅੱਗੇ ਕਿਤੇ ਗਿਆ ਤਾਂ ਉਹ ਚਾਰੇ ਜਿਹੜੇ ਚੋਰ ਸੀਗੇ ਉਹਨਾਂ ਨੂੰ ਉਹ ਮਿਲੇ ਜੀ। ਰਾਜਾ ਪੁੱਛਦਾ, ਭਾਈ ਤੁਸੀਂ ਕੌਣ ਹੈ? ਕਹਿੰਦੇ, ਭਾਈ ਤੂੰ ਸਾਥੋਂ ਕੀ ਲੈਣਾ, ਅਸੀਂ ਤਾਂ ਚੋਰ ਹਾਂ ਅਖੇ ਜੀ। ਅਤੇ ਰਾਜਾ ਕਹਿੰਦਾ, ਵੀ ਮੈਂ ਵੀ ਚੋਰ ਹਾਂ ਕਹਿੰਦਾ ਅਖੇ, ਅਤੇ ਤੁਸੀਂ ਮੈਨੂੰ ਵੀ ਨਾਲ ਲਾ ਲਓ। ਹੁਣ ਭੇਸ ਤਾਂ ਵਟਾਇਆ ਹੀ ਸੀ, ਕਿਹੜੇ ਕੋਈ ਰਾਜਾ ਮਹਾਰਾਜਾ ਦੀ ਕਲਗੀ ਤਾਂ ਲੱਗੀ ਨਹੀਂ ਸੀ, ਸਾਦੇ ਜਿਹੇ ਕੱਪੜੇ ਪਾਏ ਸੀ। ਚੋਰ ਕਹਿੰਦੇ, ਵੀ ਅਸੀਂ ਰਲਾ ਤਾਂ ਲਵਾਂਗੇ, ਪਰ ਕੋਈ ਨਾ ਕੋਈ ਗੁਣ ਹੋਣਾ ਚਾਹੀਦਾ। ਆ ਮੇਰੇ ਵਰਗਾ ਸੋਚਦਾ ਹੋਰ ਨਹੀਂ ਤਾਂ ਗਾਟਰ ਗੂਟਰ ਹੀ ਸਿਕਾਲਾਂਗੇ। ਹਾਂ, ਵੀ ਕੋਈ ਕੋਈ ਗੁਣ ਦੱਸ। ਹਾਂਜੀ। ਰਾਜਾ ਕਹਿੰਦਾ, ਵੀ ਪਹਿਲਾਂ ਤੁਸੀਂ ਗੁਣ ਦੱਸੋ ਅਤੇ ਬਾਅਦ 'ਚ ਮੈਂ ਗੁਣ ਦੱਸ ਦੂੰਗਾ। ਹੁਣ ਉਹਨਾਂ ਚੋਰਾਂ ਦੇ ਵਿੱਚੋਂ ਇੱਕ ਚੋਰ ਕਹਿੰਦਾ, ਵੀ ਮੈਂ ਕੰਧ ਦੇ ਵਿੱਚ ਜਦੋਂ ਸੰਨ ਲਾਉਣਾ ਹੁੰਦਾ ਹੈ, ਸੱਬਲ ਦੇ ਨਾਲ, ਕੱਚੀਆਂ ਕੰਧਾਂ ਦੀ ਸੱਬਲ ਨਾਲ ਸੰਨ ਲਾਉਂਦਾ ਸੀ, ਕੰਧਾਂ ਹੁੰਦੀਆਂ ਸੀ ਚੌੜੀਆਂ, ਦੋ ਦੋ ਫੁੱਟ ਗੁੰਮਿਆਂ ਦੀਆਂ ਕੰਧਾਂ ਜੀ, ਵੀ ਕੰਧ ਦੇ ਵਿੱਚ ਮੈਂ ਇਸ ਤਰ੍ਹਾਂ ਸੱਬਲ ਦੇ ਨਾਲ ਸੰਨ ਲਾਉਣਾ, ਬੰਦਾ ਟੱਪਣ ਵਾਸਤੇ ਥਾਂ ਬਣਾਉਣਾ, ਜਾਣੀ ਮੋਰਾ ਕਰਦਾ ਉਹ, ਵੀ ਮੈਂ ਪਤਾ ਨਹੀਂ ਲੱਗਣ ਦਿੰਦਾ ਠੀਕ ਹੈ, ਕੱਚੀ ਕੰਧ ਆ ਜਾਂ ਪੱਕੀ ਕੰਧ, ਮੈਂ ਖੜਕਾ ਨਹੀਂ ਹੋਣ ਦਿੰਦਾ, ਮੇਰੇ ਮੇਰਾ ਇੰਨਾ ਗੁਣ ਹੈ ਮੇਰੇ ਜੀ। ਦੂਜੇ ਨੂੰ ਕਹਿੰਦੇ, ਵੀ ਤੂੰ ਦੱਸ ਤੇਰੇ 'ਚ ਕੀ ਗੁਣ ਹੈ? ਕਹਿੰਦਾ, ਜੀ ਮੈਂ ਐਂ ਧਰਤੀ ਨੂੰ ਸੁੰਘ ਕੇ ਖਜ਼ਾਨਾ ਦੱਸ ਦਿੰਦਾ ਕਿਹੜੇ ਪਾਸੇ ਹੈ, ਪੈਸੇ ਨੱਪੇ ਹੈ, ਚਾਂਦੀ ਹੈ, ਸੋਨਾ ਹੈ, ਕਹਿੰਦਾ ਮੇਰੇ 'ਚ ਗੁਣ ਹੈ। ਕਹਿੰਦੇ, ਵੀ ਤੇਰਾ ਵੀ ਗੁਣ ਬਹੁਤ ਵਧੀਆ। ਮੁੜ ਕੇ ਪੁੱਛਿਆ ਗਿਆ ਤੀਜੇ ਨੂੰ, ਤੂੰ ਵੀ ਦੱਸ ਬਈ ਤੇਰੇ 'ਚ ਕੀ ਗੁਣ ਹੈ? ਕਹਿੰਦਾ, ਜੀ ਮੈਂ ਜਾਨਵਰਾਂ ਦੀ ਜਿਹੜੀ ਬੋਲੀ ਹੈ ਨਾ, ਇਹ ਸਮਝ ਲੈਂਦਾ। ਜਾਨਵਰ ਜੋ ਵੀ ਬੋਲਦੇ ਆ, ਕੁੱਤਾ, ਬਿੱਲਾ, ਤੋਤਾ, ਮੈਨਾ, ਜਾਂ ਜੋ ਵੀ ਕੋਈ ਬੋਲੀ ਦੇ ਵਿੱਚ ਬੋਲਣ, ਤਾਂ ਮੈਂ ਉਹਦੀ ਬੋਲੀ ਸਮਝਦਾ ਵੀ ਇਹ ਕੀ ਕਹਿ ਰਹੇ, ਕੀ ਕਹਿ ਰਹੇ ਨੇ। ਹਾਂਜੀ। ਮੁੜ ਕੇ ਪੁੱਛਿਆ ਚੌਥੇ ਨੂੰ, ਵੀ ਤੂੰ ਦੱਸ ਵੀ ਤੇਰੇ 'ਚ ਕੀ ਗੁਣ ਹੈ? ਕਹਿੰਦਾ, ਮੇਰੇ 'ਚ ਗੁਣ ਇਹ ਆ ਵੀ ਮੈਂ ਇੱਕ ਵਾਰੀ ਬੰਦੇ ਨੂੰ ਕੇਰਾਂ ਵੇਖ ਲਾ ਨਾ, ਮੈਂ ਭੁੱਲਦਾ ਨਹੀਂ। ਕਹਿੰਦਾ, ਠੀਕ ਹੈ ਜੀ, ਇੰਨੀ ਯਾਦ ਆਸਤਾ ਹੈ। ਕਹਿੰਦੇ, ਵੀ ਠੀਕ ਹੈ, ਚਾਰਾਂ 'ਚ ਤੁਹਾਡੇ ਗੁਣ ਬਹੁਤ ਵਧੀਆ ਵੀ। ਹੁਣ ਰਾਜੇ ਨੂੰ ਕਹਿੰਦੇ, ਵੀ ਤੂੰ ਦੱਸ ਤੇਰੇ 'ਚ ਕਿਹੜਾ ਗੁਣ ਹੈ? ਰਾਜਾ ਕਹਿੰਦਾ, ਵੀ ਜੇ ਕਿਤੇ ਚੋਰੀ ਚਾਰੀ ਦੇ ਵਿੱਚ ਆਪਾਂ ਨੂੰ ਇਲਜ਼ਾਮ ਦੇ ਵਿੱਚ ਫਾਂਸੀ ਲੱਗਦੀ ਹੋਵੇ, ਤਾਂ ਕਹਿੰਦਾ ਮੈਂ ਇਸ ਤਰ੍ਹਾਂ ਕਰਕੇ ਦਾੜ੍ਹੀ ਹਿਲਾ ਦਿਆਂ, ਤਾਂ ਕਹਿੰਦਾ ਫਾਂਸੀ ਨਹੀਂ ਲੱਗਦੀ, ਫਾਂਸੀ ਟੁੱਟ ਜਾਂਦੀ, ਕਹਿੰਦਾ ਮਾਫ਼ ਹੋ ਜਾਂਦੀ ਆ। ਉਹਨੂੰ ਕਹਿੰਦੇ, ਵੀ ਤੇਰੇ 'ਚ ਤਾਂ ਗੁਣ ਸਾਰਿਆਂ ਨਾਲੋਂ ਵੀ ਬਹੁਤ ਵਧੀਆ, ਤੂੰ ਸਾਡਾ ਸਰਦਾਰ ਹੈ, ਪ੍ਰਧਾਨਗੀ ਦਾ ਹੱਕਦਾਰ ਹੈ। ਹਾਂ, ਅਤੇ ਉਹਨੂੰ ਸਰਦਾਰ ਬਣਾਤਾ, ਚੋਰਾਂ ਦਾ ਪੰਜ ਜਣੇ ਹੋ ਗਏ, ਪੰਜੇ ਜਣੇ ਹੁਣ ਉਹਨੂੰ ਪੁੱਛਦੇ ਵੀ ਦੱਸ ਕਿਹਦੇ ਚੱਲੀਏ ਆਪਾਂ ਚੋਰੀ ਕਰਨ, ਕਿਹੜੇ ਪਾਸੇ ਚੱਲੀਏ। ਹੁਣ ਉਹਨਾਂ ਨੂੰ ਕੋਈ ਪਤਾ ਨਾ ਵੀ ਰਾਜਾ ਸਾਡੇ ਨਾਲ, ਚੋਰਾਂ ਨੂੰ ਕੋਈ ਪਤਾ ਨਹੀਂ, ਅਤੇ ਉਹ ਚੱਲ ਪਏ ਚੋਰੀ ਕਰਨ। ਕਹਿੰਦੇ, ਕਿਹੜੇ ਪਾਸੇ ਚੱਲੀਏ? ਰਾਜਾ ਕਹਿੰਦਾ, ਯਾਰ ਆਪਾਂ ਰਾਜੇ 'ਤੇ ਚੱਲੀਏ ਇਹ।
ਰਾਜੇ ਦੇ ਖਜ਼ਾਨੇ ਚੱਲ ਗਏ, ਮਹਿਲ 'ਚ ਘਰ ਚੱਲ, ਹਾਂ ਰਾਜਾ ਨੂੰ ਇਹ ਸੀ ਵੀ ਕਿਸੇ ਗਰੀਬ ਦੇ ਚੋਰੀ ਕੀ ਕਰਨੀ ਹੈ, ਕੀ ਕਰਨੀ ਹੈ। ਕਹਿੰਦਾ ਰਾਜੇ ਦੇ ਚੱਲੀਏ। ਹੁਣ ਜਦੋਂ ਰਾਜੇ ਦੇ ਚੋਰੀ ਕਰਨ ਗਏ ਤਾਂ ਅੱਗੇ ਉਹਨਾਂ ਦੇ ਕੁੱਤੇ ਰੱਖੇ ਸੀਗੇ ਜੀ, ਤਾਂ ਕੁੱਤਾ ਪਹਿਲਾਂ ਬੋਲਿਆ ਵੀ ਚੋਰ ਆ ਗਏ, ਚੋਰ ਆ ਗਏ। ਦੂਜਾ ਕਹਿੰਦਾ ਨਹੀਂ ਜੀ, ਰਾਜਾ ਨਾਲ ਆ ਗਏ, ਰਾਜਾ ਨਾਲ ਆ ਗਏ। ਅਤੇ ਹੁਣ ਜਿਹੜਾ ਜਾਨਵਰਾਂ ਦੀ ਬੋਲੀ ਸਮਝਦਾ ਸੀ ਉਹ ਕਹਿੰਦਾ ਵੀ ਇੱਕ ਤਾਂ ਕਹਿੰਦਾ ਚੋਰ ਆ ਗਏ, ਦੂਜਾ ਕਹਿੰਦਾ ਰਾਜਾ ਨਾਲ ਆ, ਰਾਜਾ ਤਾਂ ਆਪਣੇ 'ਚ ਕੋਈ ਹੈ ਨਹੀਂ ਗਾ ਜੀ, ਜਾਂ ਇਹਦਾ ਨਾਂ ਰਾਜਾ ਹੋਊਗਾ ਵੀ ਕੋਈ ਗੱਲ ਨਹੀਂ ਫਿਰ। ਹਾਂਜੀ, ਉਹ ਬੇਧੜਕ ਹੋ ਕੇ ਅਤੇ ਆਪਦਾ ਨਾਲੇ ਰਾਜੇ ਨੇ ਆਪਣੇ ਨਾਲ ਕਾਹਦਾ ਰਲਣਾ ਜੀ। ਜਦੋਂ ਉਹ ਤੋਂ ਅੱਗੇ ਜਾ ਵੜੇ ਤਾਂ ਅੱਗੇ ਉਹਨੂੰ ਕਹਿੰਦੇ ਵੀ ਤੂੰ ਖਜ਼ਾਨਾ ਸੌਂਘ ਕਿਹੜੇ ਪਾਸੇ ਹੈ? ਹਾਂਜੀ, ਉਹਨੇ ਵੇਖ ਕੇ ਧਰਤੀ ਨੂੰ ਸੌਂਘ ਕੇ ਕਹਿੰਦਾ ਵੀ ਇਸ ਪਾਸੇ ਹੈ। ਉਸ ਪਾਸੇ ਜਾ ਕੇ ਖਜ਼ਾਨੇ ਦੇ ਵਿੱਚ ਜੋ ਵੀ ਚਾਂਦੀ, ਸੋਨਾ, ਰੁਪਈਏ, ਹਾਂਜੀ, ਮੋਹਰਾਂ ਮਾਰਾਂ ਉਹਨਾਂ ਨੇ ਕੱਢ ਲਈਆਂ, ਲੁੱਟ ਲਈਆਂ, ਲੁੱਟ ਲਈਆਂ, ਸੰਨ ਲਾਉਣ ਵਾਲੇ ਨੇ ਸੰਨ ਲਾ ਲਿਆ। ਠੀਕ ਹੈ ਜੀ। ਹੁਣ ਉੱਥੋਂ ਚੋਰੀ ਕਰਕੇ ਰਾਜਾ ਵੀ ਨਾਲ ਹੈ ਅਤੇ ਵਾਪਸ ਆ ਗਏ। ਹਾਂਜੀ, ਹੁਣ ਜਿੱਥੇ ਉਹ ਰਾਜਾ ਉਹਨਾਂ ਦੇ ਨਾਲ ਰਲਿਆ ਸੀਗਾ ਉਸੇ ਜਗ੍ਹਾ 'ਤੇ ਇਕੱਠੇ ਹੋ ਗਏ ਸਮਾਨ ਵੰਡਣ, ਸਮਾਨ ਵੰਡਣ ਨੂੰ ਜੀ। ਉੱਥੇ ਫਿਰ ਇਹਨਾਂ ਨੇ ਸਮਾਨ ਵੰਡਿਆ। ਹਾਂਜੀ, ਰਾਜੇ ਨੇ ਨਹੀਂ ਦੱਸਿਆ ਵੀ ਮੈਂ ਰਾਜਾ ਜਾਂ ਕਿਵੇਂ, ਨਾ, ਸਮਾਨ ਉਹਨਾਂ ਨੇ ਵੰਡ ਲਿਆ ਜੀ। ਅੱਗੇ ਰਾਜਾ ਉਹਨਾਂ ਦੇ ਨਾਲ ਹੀ ਤੁਰਿਆ ਜਾਂਦਾ, ਉਹਨੂੰ ਕਹਿੰਦੇ ਵੀ ਤੇਰਾ ਘਰ ਆਉਂਦਾ, ਮੇਰਾ ਘਰ ਤਾਂ ਅੱਗੇ ਆ ਇਹ। ਠੀਕ ਹੈ, ਪਰ ਉਹ ਵੇਖਦਾ ਸੀ ਵੀ ਚੋਰਾਂ ਦਾ ਘਰ ਕਿਹੜਾ। ਹਾਂਜੀ, ਹੁਣ ਇੱਕ ਚੋਰ ਦਾ ਘਰ ਆਇਆ ਆਪਦੇ ਘਰੇ ਵੜ ਗਿਆ, ਦੂਜਾ ਆਇਆ ਉਹ ਆਪਦੇ ਘਰੇ ਵੜ ਗਿਆ, ਤੀਜਾ ਆਇਆ ਆਪਦੇ ਘਰੇ, ਚੌਥਾ ਆਇਆ ਆਪਦੇ, ਰਾਜਾ ਜਿਹੜਾ ਸਿਰੇ 'ਤੇ ਜਾ ਵੜਿਆ, ਅੱਗੇ ਜਾ ਕੇ ਆਪਦੇ ਮਹਿਲਾਂ ਨੂੰ ਮੁੜਿਆ ਆ। ਠੀਕ ਹੈ, ਹੁਣ ਘਰ ਉਹਨਾਂ ਦੇ ਵੇਖ ਲਏ ਪੁਲਿਸ ਲਈ ਰਾਜੇ ਨੇ ਨਾਲ ਜੀ, ਤੜਕੇ ਜਾ ਕੇ ਚਾਰਾਂ ਚੋਰਾਂ ਨੂੰ ਚੱਕ ਲਿਆ, ਚੱਕ ਲਿਆ, ਸਮਾਨ ਉਹਨਾਂ ਦੇ ਘਰੋਂ ਬਰਾਮਦ ਹੋ ਗਿਆ ਜੀ। ਕਹਿੰਦੇ ਵੀ ਆਹ ਸਮਾਨ ਦੱਸੋ ਚੋਰੀ ਕੀਤੀ ਤੁਸੀਂ ਰਾਜੇ ਦੇ, ਕਹਿੰਦਾ ਵੀ ਹਾਂ ਠੀਕ ਕੀਤੀ ਹੈ ਜੀ। ਉੱਥੋਂ ਹੁਣ ਰਾਜਾ ਕਹਿੰਦਾ ਵੀ ਸਮਾਨ ਬਰਾਮਦ ਹੋ ਗਿਆ, ਚੋਰ ਤੁਸੀਂ ਪੱਕੇ ਹੈ, ਤੁਹਾਡੀ ਕੋਈ ਅਪੀਲ ਨਹੀਂ, ਦਲੀਲ ਨਹੀਂ, ਇਹਨਾਂ ਨੂੰ ਫਾਂਸੀ ਦੀ ਸਜ਼ਾ ਦੇ ਦਿਓ। ਹਾਂਜੀ, ਚਾਰਾਂ ਨੂੰ ਸੱਦ ਕੇ ਅਤੇ ਫਾਂਸੀ ਵਾਲੇ ਤਖ਼ਤੇ ਦੇ ਕੋਲੇ ਲੈ ਗਏ। ਹੁਣ ਉਹਨੂੰ ਕਹਿੰਦੇ ਆ ਵੀ ਜਿਹੜਾ ਪੰਜਵਾਂ ਬੰਦਾ ਸੀ ਆਪਣਾ ਉਹ ਨਹੀਂ ਦਿੰਦਾ ਹੈਗਾ, ਵੀ ਉਹਨੂੰ ਕਾਹਤੋਂ ਨਹੀਂ ਫੜਿਆ ਹੈਗਾ, ਵੀ ਹਾਂ ਦਾੜੀ ਵਾਲਾ ਬੰਦਾ ਕਿੱਥੇ, ਹਾਂ ਵੀ ਤੂੰ ਆਂਦਾ ਮੈਂ ਇੱਕ ਵਾਰੀ ਬੰਦੇ ਨੂੰ ਵੇਖ ਲੈਂਦਾ ਅਤੇ ਮੈਂ ਭੁੱਲਦਾ ਨਹੀਂ, ਅਤੇ ਤੂੰ ਦੱਸਿਆ ਦੁੱਸਿਆ ਨਹੀਂ, ਫਿਰ ਬੰਦਾ ਤਾਂ ਪਛਾਣ ਉਹ। ਉੱਧਰੋਂ ਰਾਜਾ ਕਹਿੰਦਾ ਵੀ ਇਹਨਾਂ ਨੂੰ ਫਾਂਸੀ ਦਿਓ, ਅਤੇ ਜੇ ਹਾਂ ਜਦੋਂ ਫਾਂਸੀ ਦਾ ਦਿੱਤਾ ਹੁਕਮ ਤਾਂ ਰਾਜਾ ਕਹਿੰਦਾ ਵੀ ਕੋਈ ਇੱਛਾ ਹੈ ਤੁਹਾਡੀ? ਅਤੇ ਜਿਹੜਾ ਕਹਿੰਦਾ ਸੀ ਮੈਂ ਬੰਦਾ ਵੇਖ ਕੇ ਭੁੱਲਦਾ ਨੀਗਾ, ਹਾਂਜੀ, ਕਹਿੰਦਾ ਜੀ ਇੱਕ ਇੱਛਾ ਹੈ। ਕਹਿੰਦਾ ਦੱਸੋ ਕੀ ਹੈ? ਕਹਿੰਦਾ ਜੀ ਐਂ ਦਾੜੀ ਹਿਲਾ ਦਿਓ। ਇਹ ਦੱਸਿਆ ਸੀ ਨਾ ਉਹਨੂੰ, ਉਹਨੂੰ ਪਤਾ ਲੱਗ ਗਿਆ ਰਾਜੇ ਨੂੰ ਵੀ ਇਹਨੇ ਮੈਨੂੰ ਪਛਾਣ ਲਿਆ, ਪਛਾਣ ਲਿਆ। ਤਾਂ ਮੁੜ ਕੇ ਰਾਜੇ ਨੇ ਫਿਰ ਉਹਨਾਂ ਨੂੰ ਉੱਥੋਂ ਫਾਂਸੀ ਮਾਫ਼ ਕਰਤਾ ਵੀ ਠੀਕ ਆ, ਵੀ ਵਾਕਿਆ ਤੁਹਾਡੇ 'ਚ ਗੁਣ ਹੈਗੇ ਆ, ਵੀ ਮੈਂ ਇੱਕ ਮਜ਼ਦੂਰਾਂ ਵਰਗਾ ਭੇਸ ਬਣਾ ਕੇ ਰਾਤ ਦੇ ਸਮੇਂ ਤੁਹਾਡੇ ਨਾਲ ਗਿਆ ਸੀ, ਅਤੇ ਹੁਣ ਮੇਰੇ ਸਿਰ 'ਤੇ ਤਾਜ ਸਜਦਾ, ਵਧੀਆ ਪੁਸ਼ਾਕਾਂ ਪਾਈਆਂ, ਅਤੇ ਧੰਨ ਆ ਵਾਕਿਆ ਤੁਹਾਡੇ 'ਚ ਗੁਣ ਹੈ ਜਿਹੜਾ ਮੈਨੂੰ ਤੁਸੀਂ ਪਛਾਣ ਲਿਆ, ਹਾਂ ਰਾਤ ਨੂੰ ਵੇਖੇ ਤੋਂ ਵੀ ਪਛਾਣ ਲਿਆ। ਉੱਥੋਂ ਫਿਰ ਜਿਹੜੀ ਫਾਂਸੀ ਸੀ ਉਹਨਾਂ ਦੀ ਬਰੀ ਹੋ ਗਈ। ਅੱਗੇ ਤੋਂ ਉਹਨਾਂ ਨੇ ਮੁੜ ਕੇ ਫਿਰ ਉਹ ਤੋਬਾ ਕੀਤੀ ਵੀ ਅੱਗੇ ਤੋਂ ਰਾਜਾ ਕਹਿੰਦਾ ਵੀ ਤੁਸੀਂ ਹੁਣ ਕਿਰਤ ਕਰਿਆ ਕਰੋ, ਵੀ ਅੱਜ ਤੁਹਾਡੀ ਜ਼ਿੰਦਗੀ ਬਖਸ਼ਤੀ ਹੈ, ਅੱਜ ਤੋਂ ਬਾਅਦ ਤੁਸੀਂ ਦਹਾਂ ਨੌਹਾਂ ਦੀ ਕਿਰਤ ਕਰੋ ਅਤੇ ਖਾਓ ਚੋਰੀਆਂ ਛੱਡ ਦਿਓ ਜੀ। ਕੀ ਬਾਤ, ਇਸ ਤਰ੍ਹਾਂ ਕੀਤਾ ਫਿਰ ਉਹਨਾਂ ਨੇ ਜੀ। ਕੀ ਬਾਤ।